ਇੱਕ ਪਾਸੇ ਪੰਜਾਬ ਸਰਕਾਰ ਆਪਣੀ ਬੋਲੀ ਆਪਣਾ ਪੰਜਾਬ ਦਾ ਨਾਰਾ ਲਗਾ ਰਹੀ ਹੈ, ਪਰ ਇਸ ਨਾਰੇ ਦੇ ਉੱਤੇ ਪੰਜਾਬ ਸਰਕਾਰ ਦਾ ਸਿੱਖਿਆ ਬੋਰਡ ਕਿੰਨਾ ਕੁ ਅਮਲ ਕਰ ਰਿਹਾ ਹੈ ਉਸ ਦੀਆਂ ਕੁਝ ਤਸਵੀਰਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ। ਪੰਜਾਬ ਸਰਕਾਰ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਲਈ ਕਈ ਕੰਮ ਕਰ ਰਹੀ ਹੈ, ਪਰ ਦੂਜੇ ਪਾਸੇ ਪੰਜਾਬ ਬੋਰਡ ਦੇ ਵੱਲੋਂ ਲਏ ਜਾ ਰਹੇ 8ਵੀਂ ਦੇ ਪੇਪਰ ਵਿੱਚ ਹੀ 38 ਦੇ ਕਰੀਬ ਗਲਤੀਆਂ ਦੇਖਣ ਨੂੰ ਮਿਲੀਆਂ ਨੇ, ਜਿਸ ਕਾਰਨ ਲੋਕਾਂ ਦੇ ਵੱਲੋਂ ਕਈ ਸਵਾਲ ਵੀ ਚੁੱਕੇ ਜਾ ਰਹੇ ਨੇ। ਲੋਕਾਂ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦੇ ਵੱਲੋਂ ਇਹ ਪੇਪਰ ਤਿਆਰ ਕੀਤਾ ਗਿਆ ਹੈ ਪਹਿਲਾਂ ਤਾਂ ਉਸ 'ਤੇ ਹੀ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਗੱਲਬਾਤ ਕਰਦੇ ਹੋਏ ਲੋਕਾਂ ਦਾ ਕਹਿਣਾ ਸੀ ਕਿ ਪੰਜਾਬੀ ਦੇ ਪੇਪਰ ਦੇ ਵਿੱਚ ਕਈ ਗਲਤੀਆਂ ਦੇਖਣ ਨੂੰ ਮਿਲ ਰਹੀਆਂ ਨੇ, ਜਿਸ ਤੋਂ ਪਤਾ ਲੱਗਦਾ ਹੈ ਕਿ ਵਿਭਾਗ ਦੇ ਵੱਲੋਂ ਪੇਪਰ ਤਿਆਰ ਕਰਨ ਦੇ ਲਈ ਕਿੰਨਾ ਕੁ ਧਿਆਨ ਦਿੱਤਾ ਜਾ ਰਿਹਾ ਹੈ। 8ਵੀਂ ਕਲਾਸ ਦਾ ਪੰਜਾਬੀ ਦਾ ਪੇਪਰ ਹੋਇਆ ਹੈ, ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬਹੁਤ ਵੱਡੀ ਗਲਤੀ ਹੈ। ਉਹਨੇ ਛੋਟੇ ਬੱਚਿਆਂ ਨਾਲ ਖਿਲਵਾੜ ਕੀਤਾ। ਜੇ ਇਹੀ ਗਲਤੀ ਲਿਖਣ ਲੱਗਿਆ ਬੱਚੇ ਕਰਨ ਤਾਂ ਉਹਨਾਂ ਦੇ ਨੰਬਰ ਕੱਟਦੇ ਨੇ। ਜੇ ਬੋਰਡ ਨੇ ਗਲਤੀ ਕੀਤੀ ਹੈ ਤਾਂ ਉਹਨਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ, ਬੱਚਿਆਂ ਨੂੰ ਬਣਦਾ ਇਨਸਾਫ ਮਿਲਣਾ ਚਾਹੀਦਾ। ਹਾਂ, ਬਿਲਕੁਲ ਧੋਖਾ ਕਰ ਰਹੇ ਨੇ ਜੀ, ਇਹਨਾਂ ਨੂੰ ਇਹੀ ਨਹੀਂ ਪਤਾ ਵੀ ਪੰਜਾਬ 'ਚ ਰਹਿੰਦੇ ਨੇ ਪੰਜਾਬੀ ਨੂੰ ਕਿਵੇਂ ਲਿਖਿਆ ਜਾਵੇ। ਇਹ ਜਿਹੜੇ ਬੰਦੇ ਨੇ ਪੇਪਰ ਬਣਾਇਆ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਦੇਖੋ ਜੀ, ਜੇ 38 ਗਲਤੀਆਂ ਕੀਤੀਆਂ ਨੇ ਇਹ ਤਾਂ ਬਹੁਤ ਹੀ ਆਪਣੇ ਵਾਸਤੇ ਮੰਦਭਾਗੀ ਗੱਲ ਆ, ਕਿਉਂਕਿ ਪੂਰੇ ਵਰਲਡ ਦੇ ਵਿੱਚ ਇੱਕ ਸਟੇਟ ਆ ਜਿੱਥੇ ਪੰਜਾਬੀ ਆ ਅਤੇ ਪੰਜਾਬ ਦੇ ਨਾਲ ਪੰਜਾਬੀ ਮਾਂ ਹੈ। ਜੇ ਉਹਦੇ ਵਿੱਚ ਗਲਤੀ ਹੈ ਤਾਂ ਆਪਾਂ ਨੂੰ ਜਿੱਥੇ ਬੱਚਿਆਂ ਨੂੰ ਦਿੱਕਤ ਜਾਂ ਬੱਚਿਆਂ ਨੂੰ ਸਿਖਾਉਣ ਦੇ ਵਿੱਚ ਦਿੱਕਤ, ਉੱਥੇ ਆਪਣੇ ਜਿਹੜੀ ਆਪਣੀ ਜ਼ਮੀਰ ਆ ਉਹਦੇ 'ਤੇ ਵੀ ਇਹ ਧੱਬਾ ਹੈ। ਕਿਉਂਕਿ ਜੇ ਆਪਾਂ ਗੁਰੂਆਂ ਪੀਰਾਂ ਦੀ ਬਣਾਈ ਹੋਈ 35 ਅੱਖਰਾਂ ਦੀ ਪੰਜਾਬੀ ਨੂੰ ਸਹੀ ਨਹੀਂ ਰੱਖ ਸਕਦੇ ਤਾਂ ਆਪਾਂ ਆਪਣਾ ਵਿਰਸਾ ਕਿੱਥੋਂ ਰੱਖਾਂਗੇ। ਸਰਕਾਰ ਨੂੰ ਬਹੁਤ ਹੀ ਇਸ ਚੀਜ਼ ਦੇ ਵੱਲ ਜ਼ਿੰਮੇਵਾਰੀ ਨਾਲ ਧਿਆਨ ਦੇਣ ਦੀ ਲੋੜ ਹੈ। ਤੁਹਾਨੂੰ ਨਹੀਂ ਲੱਗਦਾ ਜੇ ਇਹ ਗਲਤੀਆਂ ਬੱਚਿਆਂ ਕੋਲ ਹੁੰਦੀਆਂ ਤਾਂ ਉਹਨਾਂ ਦੇ ਨੰਬਰ ਕੱਟੇ ਜਾਂਦੇ ਅਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜਾ? ਬਿਲਕੁਲ ਕੱਟੇ ਜਾਂਦੇ ਬੱਚਿਆਂ ਦੇ, ਜਿਹੜੇ ਚਲੋ ਇਹ ਤਾਂ ਖਿਲਵਾੜ ਤਾਂ ਹੈ ਹੀ ਹੈ ਅਤੇ ਨਾਲ ਆਪਣੇ ਸਮੂਹ ਪੰਜਾਬੀਆਂ ਦੇ ਉੱਤੇ ਵੀ ਧੱਬਾ। ਉਹ ਇਹ ਤਾਂ ਅੱਗੇ ਭਵਿੱਖ ਦਾ ਨੁਕਸਾਨ ਕਰਦੇ ਪਏ ਨੇ ਆਪਣੇ, ਪੂਰੀ ਪੰਜਾਬ ਸਰਕਾਰ ਦੀ ਗਲਤੀਆਂ ਪੰਜਾਬੀ ਦੇ ਪੇਪਰ ਦੇ ਵਿੱਚ ਆਈਆਂ ਹੈ ਤਾਂ ਜਿਹੜਾ ਅਗਲੇ ਪੇਪਰ ਆ ਰਹੇ ਨੇ ਬੱਚਿਆਂ ਲਈ ਤਾਂ ਇਹ ਵਿਪਤਾ ਖੜੀ ਹੋ ਗਈ ਬਹੁਤ ਵੱਡੀ। ਆਉਣ ਵਾਲਾ ਟਾਈਮ ਹੈ ਜਿਹੜਾ ਬੱਚਿਆਂ ਦਾ, ਉਹਨਾਂ ਨੂੰ ਹੋਰ ਸਿਖਲਾਈ ਦਿੱਤੀ ਜਾਵੇ ਤਾਂ ਕਿ ਇਹ ਜਿਹੜੇ ਇਹਨਾਂ ਨੇ 38 ਗਲਤੀਆਂ ਪੰਜਾਬੀ ਦੇ ਪੇਪਰ ਦੇ ਵਿੱਚ ਹੀ ਕਰਦੇ। ਹਾਂਜੀ ਹਾਂਜੀ ਹਾਂਜੀ, ਮੈਂ ਦੇਖਿਆ ਪੰਜਾਬੀ ਦਾ 8th ਕਲਾਸ ਦਾ ਇਗਜ਼ਾਮ ਸੀਗਾ, ਉਹਦੇ ਵਿੱਚ ਮੈਨੂੰ ਹੈਰਾਨੀ ਹੀ ਗੱਲ ਹੈ। ਇੱਕ ਪਾਸੇ ਤਾਂ ਸਰਕਾਰਾਂ ਪ੍ਰਮੋਟ ਕਰ ਰਹੀਆਂ ਨੇ ਪੰਜਾਬੀ ਨੂੰ ਅਤੇ ਦੂਜੇ ਪਾਸੇ ਪੰਜਾਬੀ ਦੀ ਜਿਹੜੀ ਮੇਨ ਬੋਰਡ ਹੈ ਉਹਦੇ ਦੁਆਰਾ ਇੱਕ ਪ੍ਰੀਖਿਆ ਤਿਆਰ ਕੀਤੀ ਜਾਂਦੀ ਆ ਅਤੇ ਉਹਦੇ ਵਿੱਚ ਕਿੰਨੀਆਂ ਗਲਤੀਆਂ ਤੁਸੀਂ ਆਪ ਦੇਖ ਸਕਦੇ ਹੋ। ਇਹਦਾ ਸੈਂਪਲ ਮੇਰੇ ਕੋਲ ਹੈਗਾ, ਤੁਸੀਂ ਜਦ ਮਰਜ਼ੀ ਚੈੱਕ ਕਰ ਸਕਦੇ ਹੋ ਇਸ ਚੀਜ਼ ਨੂੰ ਅਤੇ ਇੰਨੀਆਂ ਗਲਤੀਆਂ ਇਹਨਾਂ ਦੁਆਰਾ ਆਪ ਕੀਤੀਆਂ ਜਾਣੀਆਂ। ਕਿਹੜੇ ਬੋਰਡ ਦੁਆਰਾ? PSEB ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ। ਅੱਛਾ ਜੀ। 8th ਕਲਾਸ ਦਾ, 8ਵੀਂ ਕਲਾਸ ਦਾ ਤਿਆਰ ਕੀਤਾ ਗਿਆ ਸੀ, ਪੇਪਰ ਭੇਜਿਆ ਗਿਆ ਸੀਗਾ, ਉਹ ਪੇਪਰ ਦੇ ਵਿੱਚ ਗਲਤੀਆਂ ਤੁਸੀਂ ਆਪ ਦੇਖ ਸਕਦੇ ਹੋ ਕਿੰਨੀਆਂ ਨੇ। ਅਤੇ ਜੋ ਜੇ ਇਹਨਾਂ ਨੇ ਉਹਨੂੰ ਸਪੋਰਟ ਨਹੀਂ ਕਰਨੀ, ਪ੍ਰਮੋਟ ਨਹੀਂ ਕਰਨਾ ਉਸ ਚੀਜ਼ ਨੂੰ, ਇਹਨਾਂ ਨੂੰ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ। ਫਤਿਹਗੜ੍ਹ ਸਾਹਿਬ ਤੋਂ ਸੰਜੇ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।